विधानसभा चुनावों में जो वादे किए गए थे वह पूरे किए जा रहे हैं। लोगों को पहले 750 रुपए पेंशन मिलती थी, अब 1500 रुपए पेंशन पंजाब सरकार की ओर से दी जा रही है। डीसी दफ्तर में 1500 के चेक बांटते पार्षद विकास सोनी, चेयरमैन जुगल किशोर शर्मा, राजकौर प्रीत सिंह, मैडम जितेंद्र सोनिया, एडीसी मैडम रूही तुग, अनीश इंदर व अन्य उपस्थित थे। लोगों ने पंजाब सरकार का धन्यवाद किया और पार्षद विकास सोनी ने मुख्यमंत्री कैप्टन अमरिंदर सिंह का धन्यवाद किया। रहने वाली हाँ, तो मैं सरकार का धन्यवाद करती हूँ, 750 तो 1500 पेंशन की है। बहुत बहुत धन्यवाद सरकार जी। मैं अमरजीत कौर, पिंड बराड़ीवाल, डिस्ट्रिक्ट अमृतसर, मैं एक विधवा औरत हाँ। मैं पंजाब सरकार की बहुत बहुत धन्यवाद हाँ जिन्होंने पेंशन 750 तो बढ़ा के 1500 रुपये की है, क्योंकि उन्होंने इस योगदान के बहुत बड़ा हिस्सा पाया वा। मैं उन्होंने बड़ी धन्यवादी हाँ। मैं एक विधवा औरत हाँ, मैं किसी पर निर्भर नहीं हाँ, मैं अपना गुजारा कर सकती हूँ। मैं पंजाब सरकार की बहुत बहुत धन्यवाद। पिंड भराड़िया चुबाल रोड इतना गली का रहने वाला हाँ। ये बड़ा वधिया काम किया कैप्टन साहब ने, जरा मतलब कि 750 तो 1500 रुपया पेंशन की है। मैं बीमार भी ना जब मेरी इस नाल दवाई भी खुद ही चल सकेगी, मैं 3-4 हज़ार रुपया मतलब कि दवाई के खा जाता महीने 1.5 महीने, वो चलो 1500 मेरा कोई फायदा होएगा। ਮੈਂ ਬਿਮਾਰ ਨਾ ਮੈਂ ਬਹੁਤ ਧੰਨਵਾਦ ਕਰਦਾ। ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜਿਹੜਾ ਉਹਨਾਂ ਨੇ ਆਪਣੇ ਇਲੈਕਸ਼ਨਾਂ 'ਚ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਲੋਕਾਂ ਦੀ ਪੈਨਸ਼ਨ ਨਾ ਵਧਾਉਣ ਵਾਸਤੇ, ਜਦੋਂ ਸਰਕਾਰ ਬਣੀ ਸੀ ਉਦੋਂ 500 ਰੁਪਇਆ, ਫਿਰ ਉਹਨਾਂ ਨੇ 750 ਕੀਤੀ ਸੀ, ਅੱਜ 1500 ਰੁਪਇਆ ਪੈਨਸ਼ਨ ਜਿਹੜੀ ਹਰ ਪਰਿਵਾਰ ਨੂੰ ਹਰ ਇਨਸਾਨ ਨੂੰ ਮਿਲੇਗੀ, ਚਾਹੇ ਉਹ ਹੈਂਡੀਕੈਪਡ ਹੈ, ਚਾਹੇ ਉਹ ਵਿਧਵਾ ਲੇਡੀ ਹੈ ਕੋਈ ਹੈ, ਜਾਂ ਕੋਈ ਬੱਚਾ ਨੂੰ ਲੋੜ ਹੈ, ਜਿਸ ਤਰੀਕੇ ਦੀ ਵੀ ਕੋਈ ਪੈਨਸ਼ਨ ਹੈ ਉਹਨੂੰ ਹੁਣ 1500 ਰੁਪਇਆ ਕੈਪਟਨ ਸਰਕਾਰ ਵੱਲੋਂ ਦਿੱਤਾ ਜਾਏਗਾ। ਸੋ ਮੈਂ ਸਮਝਦਾ ਬੜਾ ਵੱਡਾ ਕੈਪਟਨ ਸਾਹਿਬ ਵੱਲੋਂ ਉਪਰਾਲਾ ਹੈ ਔਰ ਬੜੀ ਵੱਡੀ ਦੇਣ ਹੈ। ਅੱਜ 1500 ਰੁਪਏ 'ਚ ਕੋਈ ਬੰਦਾ ਆਪਣੇ ਘਰ ਦੀ ਬੱਚਿਆਂ ਨੂੰ ਰੋਟੀ ਖਵਾ ਸਕਦਾ, ਆਪਣੇ ਘਰ ਬਾਰ ਦਾ ਥੋੜ੍ਹਾ ਬਹੁਤਾ, ਔਰ ਜਿੰਨੇ ਹੋਰ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ ਆਪਣੇ ਇਲੈਕਸ਼ਨਾਂ ਦੇ, ਤਕਰੀਬਨ 90% ਮੈਂ ਸਮਝਦਾ ਉਹ ਵਾਅਦੇ ਪੂਰੇ ਕੀਤੇ ਜਾ ਰਹੇ ਨੇ। ਜਿਹੜੇ ਕੁਛ ਰਹਿ ਗਏ ਉਹ ਜਿੱਦਾਂ ਕੈਪਟਨ ਸਾਹਿਬ ਰੋਜ਼ ਹੀ ਕਹਿੰਦੇ ਨੇ ਕਿ ਅਸੀਂ ਜਲਦੀ ਕਰਨ ਜਾ ਰਹੇ ਹਾਂ, ਸਾਰਾ ਕੰਮ ਹੋ ਰਿਹਾ। ਸੋ ਜਦੋਂ ਜਦੋਂ ਪੰਜਾਬ 'ਚ ਕਾਂਗਰਸੀ ਜਾਂ ਹਿੰਦੁਸਤਾਨ 'ਚ ਕਾਂਗਰਸੀ ਸਰਕਾਰ ਬਣੀ ਹੈ, ਜਿਹੜੇ ਵਾਅਦੇ ਲੋਕਾਂ ਨਾਲ ਸਰਕਾਰਾਂ ਨੇ ਕੀਤੇ ਨੇ ਉਹ ਪੂਰੇ ਹੋਏ ਨੇ। ਜਦੋਂ ਕੋਈ ਹੋਰ ਸਰਕਾਰ ਆਈ ਹੈ ਹਮੇਸ਼ਾ ਝੂਠਿਆਂ ਦੀ ਸਰਕਾਰ ਬਣੀ। ਸੋ ਮੈਂ ਧੰਨਵਾਦ ਕਰਦਾ ਸੋਨੀ ਸਾਹਿਬ ਦਾ, ਕੈਪਟਨ ਸਾਹਿਬ ਦਾ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕਰਕੇ ਅੱਜ ਪੂਰੇ ਪੰਜਾਬ ਨੂੰ ਬੜਾ ਵੱਡਾ ਇੱਕ ਤੋਹਫ਼ਾ ਦਿੱਤਾ ਹੈ। ਇਹ ਤੋਹਫ਼ਾ ਮੈਂ ਸਮਝਦਾ ਕਿ ਬਹੁਤ ਵੱਡੀ ਦੇਣ ਜਿਹੜੀ ਕੈਪਟਨ ਸਾਹਿਬ ਦੀ ਸੋਚ ਸਦਕਾ, ਅੱਜ ਉਹਨਾਂ ਦੀ ਮਿਹਨਤ ਸਦਕਾ ਜਿਹੜੀ ਦਿੱਤੀ ਗਈ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ।